ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਜੀ ਪੀਐਸ ਪੀਸੀਐਲ ਦੇ ਵੱਲੋਂ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜਾ ਜੀ ਆਊਟ ਕੀਤਾ ਗਿਆ ਹੈ ਜੀ ਭਰਤੀ ਦਾ ਨੋਟੀਫਿਕੇਸ਼ਨ ਹੈ 2295 ਭਰਤੀਆਂ ਦੇ ਬਾਰੇ ਵਿੱਚ ਆਪਾਂ ਗੱਲ ਕਰਾਂਗੇ ਜਿਹਦੇ ਵਿੱਚ ਦੋ ਨੋਟੀਫਿਕੇਸ਼ਨ ਆਪਾਂ ਡਿਸਕਸ ਕਰਨ ਵਾਲੇ ਹਾਂ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਤੇ ਪਹਿਲੀ ਵਾਰੀ ਚੈਨਲ ਤੇ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਵੀ ਕਈ ਵੈਕੈਂਸੀਜ਼ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੇ ਚੈਨਲ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਡੇਲੀ ਰਿਕਰੂਟਮੈਂਟ ਅਪਡੇਟ ਲੈਣ ਦੇ ਲਈ ਸਿੰਪਲੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਸਾਰੇ ਅਪਡੇਟ ਤੁਹਾਨੂੰ ਤੜਤੇ ਤੱਕ ਪਹੁੰਚਦੇ ਰਹਿਣ ਤੇ ਤੁਸੀਂ ਚੈੱਕ ਕਰਕੇ ਇਹਦੇ ਲਈ ਅਪਲਾਈ ਕਰ ਪਾਓ ਤੇ ਚਾਹੋ ਨੂੰ ਚੱਲਦੇ ਆ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਪੂਰੀ ਇਨਫੋਰਮੇਸ਼ਨ ਤੁਹਾਨੂੰ ਦਿੰਨਾ ਜੀ ਸੋ ਨੋਟੀਫਿਕੇਸ਼ਨ ਹੈ ਜੀ ਜਿਹੜਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮਤਲਬ ਪੀਐਸਪੀਸੀਐਲ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜੀ ਐਡਵਰਟਾਈਜ਼ਮੈਂਟ ਨੰਬਰ ਦੀ ਗੱਲ ਕਰਾਂ 305/24 ਜਿਹੜਾ ਜੀ ਇਹਦਾ ਉਹ ਐਡਵਰਟਾਈਜ਼ਮੈਂਟ ਨੰਬਰ ਹੈ ਇਸ ਦੇ ਵਿੱਚ ਵੈਕੈਂਸੀ ਜਿਹੜੀਆਂ ਆਊਟ ਕੀਤੀਆਂ ਗਈਆਂ ਨੇ ਉਹ ਹੈਗੀਆਂ ਨੇ ਅਸਿਸਟੈਂਟ ਸਬਸਟੀਟਿਊਸ਼ਨ ਡੰਡੈਂਟ ਦੀ ਹੈ ਤੇ ਟੈਸਟ ਮਕੈਨਿਕ ਦੀਆਂ ਵੈਕੈਂਸੀਸ ਨੇ ਜਿਹੜੇ ਕੀ ਆਊਟ ਹੋਈਆਂ ਨੇ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਅਪਲਾਈ ਕਰਨਾ ਜਿਹੜੇ ਜੀ ਆਲਰੇਡੀ ਸਟਾਰਟ ਹੋ ਚੁੱਕਿਆ ਹੈ ਇਸ ਦੇ ਵਿੱਚ 26 ਤੰਨੇ 2024 ਤੱਕ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਜਿਹੜੀ ਹੈ ਜੀ ਉਹ ਰਵੇਗੀ ਅਸਿਸਟੈਂਟ ਸਬਸਟੀਟਿਊਟ ਅਟੈਂਡੈਂਟ ਦੇ ਲਈ ਤੇ ਸੈਕੰਡ ਪੋਸਟ ਦੇ ਲਈ ਵੀ ਤੁਹਾਡਾ ਪੇ ਸਕੇਲ ਜਿਹੜਾ ਜੀ ਸੇਮ ਰਹਿਣ ਵਾਲਾ ਹੈ ਸੋ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇੱਥੇ ਵੈਕੈਂਸੀਜ਼ ਦੇ ਲਈ ਇਸ ਦੇ ਵਿੱਚ 408 ਵੈਕੈਂਸੀਜ਼ ਜਿਹੜੀਆਂ ਨੇ ਅਸਿਸਟੈਂਟ ਸਬਸਟੀਟਿਊਟ ਅਟੈਂਡੈਂਟ ਦੀਆਂ ਆਊਟ ਕੀਤੀਆਂ ਗਈਆਂ ਨੇ ਟੈਸਟ ਮੈਕੈਨਿਕ ਦੀਆਂ 25 ਵੈਕੈਂਸੀਜ਼ ਜਿਹੜੀਆਂ ਨੇ ਉਹ ਇੱਥੇ ਆਊਟ ਹੋਈਆਂ ਨੇ ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਹੈ ਉਹ ਕਰਨਾ ਹੋਵੇਗਾ ਇਸ ਦੇ ਵਿੱਚ ਨੈਕਸਟ ਅਗਰ ਮੈਂ ਗੱਲ ਕਰਾਂ ਵੈਕੈਂਸੀਜ਼ ਨੂੰ ਇਹਨਾਂ ਨੇ ਬਾਇਫਰਕੇਟ ਕੀਤਾ ਹੋਇਆ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਵੈਕੈਂਸੀਜ਼ ਜਿਹੜੀਆਂ ਰਿਜ਼ਰਵ ਰੱਖੀਆਂ ਗਈਆਂ ਔਮਨ ਦੇ ਲਈ ਉਹ ਅਲੱਗਤ ਹੋਇਥੇ ਲਿਖਿਆ ਹੋਇਆ ਹੈ ਸੋ ਤੁਸੀਂ ਚੈੱਕ ਕਰਕੇ ਇਹਨਾਂ ਲਈ ਅਪਲਾਈ ਜਿਹੜਾ ਹੈ ਉਹ ਕਰਨਾ ਹੋਵੇਗਾ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਸੈਕੰਡ ਪੋਸਟ ਜਿਹੜੇ ਐਸਐਸਏ ਦੀਆਂ ਉਹਨਾਂ ਲਈ ਵੀ ਲਿਖਿਆ ਹੋਇਆ ਹੈ ਸੋ ਤੁਸੀਂ ਚੈੱਕ ਕਰਕੇ ਜ਼ਰੂਰ ਅਪਲ ਕੀ ਹੈ ਜਿਹੜਾ ਅਸਿਸਟੈਂਟ ਸਬਸਟੀਟਿਊਸ਼ਨ ਦੀ ਅਟੈਂਡੈਂਟ ਦੀ ਪੋਸਟ ਹੈ ਇਸ ਵਿੱਚ ਫੁੱਲ ਟਾਈਮ ਰੈਗੂਲਰ ਕੋਰਸ ਜਿਹੜਾ ਆ ਜਿਨਾਂ ਨੇ ਆਈਟੀਆਈ ਕੀਤਾ ਹੋਇਆ ਹੈ ਇਲੈਕਟ੍ਰੀਕਲ ਦੇ ਵਿੱਚ ਇਲੈਕਟ੍ਰੀਸ਼ੀਅਨ ਦੇ ਵਿੱਚ ਵਾਇਰਮੈਨ ਦੇ ਵਿੱਚ 60% ਮਾਰਕਸ ਦੇ ਨਾਲ ਤੇ 2 ਸਾਲ ਦਾ ਪ੍ਰੈਨਟਸ਼ਿਪ ਕੀਤਾ ਹੋਇਆ ਪੀਐਸਸੀ ਦੇ ਵਿੱਚ ਪੀਐਸਪੀਸੀਲ ਦੇ ਵਿੱਚ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਫੁੱਲ ਟਾਈਮ ਰੈਗੂਲਰ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਦ 60% ਮਾਰਕਸ ਤੁਸੀਂ ਕੀਤਾ ਹੈ ਤਾਂ ਅਪਲਾਈ ਕਰ ਸਕਦੇ ਹੋ ਤੇ ਫੁੱਲ ਟਾਈਮ ਰੈਗੂਲਰ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀ ਫੁੱਲ ਟਾਈਮ ਡਿਪਲੋਮਾ ਇਨਸਟਰੂਮੈਂਟੇਸ਼ਨ ਐਂਡ ਪ੍ਰੋਸੈਸ ਕੰਟਰੋਲ ਦੇ ਵਿੱਚ 60% ਮਾਰਕਸ ਦੇ ਨਾਲ ਕੀਤਾ ਹੈ ਤਾਂ ਵੀ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇੱਥੇ ਟੈਸਟ ਮੈਕੈਨਿਕ ਦੀਆਂ ਵੈਕੈਂਸੀ ਨੇ ਜਿਹਦੇ ਵਿੱਚ ਤੁਸੀਂ 10ਵੀਂ ਪਾਸ ਆਊਟ ਕੀਤੀ ਹੋਈ ਹੈ 2 ਸਾਲ ਦਾ ਕਰਾਫਟਮੈਨ ਕੋਰਸ ਜਿਹੜਾ ਹੈ ਟ੍ਰੇਡ ਆਫ ਇਲੈਕਟ੍ਰੀਸ਼ੀਅਨ ਜਾਂ ਇਨਸਟਰੂਮੈਂਟੇਸ਼ਨ ਮੈਕੈਨਿਕ ਦੇ ਵਿੱਚ ਕੀਤਾ ਹੈ ਆਈਟੀਆਈ ਤੋਂ ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਤੇ 10ਵੀਂ ਤੱਕ ਤੁਸੀਂ ਜਿਹੜੀ ਹੈ ਜੀ ਪੰਜਾਬੀ ਲੈਂਗੁਏਜ ਦੇ ਵਿੱਚ ਇੱਥੇ ਜਿਹੜਾ ਉਹ 10 ਪੰਜਾਬੀ ਸਬਜੈਕਟ ਦੇ ਨਾਲ ਤੇ ਇਸ ਦੇ ਵਿੱਚ ਤੁਹਾਡੀ ਏਜ ਜਿਹੜੀ ਹੈ ਜੀ 18 ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਪਲੱਸ ਇਸ ਦੇ ਵਿੱਚ ਏਜ ਰੈਲੈਕਸੇਸ਼ਨ 3 ਤੋਂ ਲੈ ਕੇ 10 ਸਾਲ ਦੀ ਜਿਹੜੀ ਦਿੱਤੀ ਜਾਂਦੀ ਹੈ ਐਸ ਪਰ ਪੰਜਾਬ ਗਵਰਨਮੈਂਟ ਨੋਰਮ ਉਹ ਦਿੱਤੀ ਜਾਵੇਗੀ ਤੁਸੀਂ ਚੈੱਕ ਕਰਕੇ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਅਗਰੀਸੀ ਗੱਲ ਕਰੀਏ ਇਸ ਦੇ ਲਈ ਤੁਹਾਡੀ ਜਿਹੜੀ ਤੁਹਾਡੀ ਸਿਲੈਕਸ਼ਨ ਪ੍ਰੋਸੈਸ ਰਹੇਗਾ ਉਹ ਇੱਥੇ ਇਹਨਾਂ ਨੇ ਨੀਚੇ ਦਿੱਤਾ ਹੋਇਆ ਹੈ ਤੇ ਔਨਲਾਈਨ ਐਪਲੀਕੇਸ਼ਨ ਫੀ ਜਿਹੜੀ ਹੈ ਉਹ ਤੁਹਾਡੀ ਇੱਥੇ ਰਹਿਣ ਵਾਲੀ ਹੈ 1416 ਰੁਪਏ ਨੇ ਠੀਕ ਹੈ ਜੀ ਜਿਹੜੇ ਕਿ ਜਨਰਲ ਤੇ ਜਿਹੜੀ ਸ਼ਡਿਊਲ ਕਾਸਟ ਪਰਸਨ ਲਈ ਡਿਸੇਬਿਲਟੀ ਵਾਲੇ ਕੈਂਡੀਡੇਟ ਨੂੰ ਨਲੀ 885 ਰੁਪਏ ਹੈ ਬਾਕੀ ਸਾਰਿਆਂ ਲਈ 1416 ਰੁਪਏ ਜਿਹੜੀ ਐਪਲੀਕੇਸ਼ਨ ਫੀ ਹੈ ਉਹ ਇੱਥੇ ਰਵੇਗੀ ਤੇ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਲਿੰਕ ਜਿਹੜਾ ਜੀ ਆਲਰੇਡੀ ਐਕਟੀਵੇਟ ਹੋ ਚੁੱਕਾ ਹੈ ਤਾਂ ਆਨਲਾਈਨ ਤੁਸੀਂ ਅਪਲਾਈ ਕਰਨਾ ਹੈ ਚੈੱਕ ਕਰਕੇ ਅਪਲਾਈ ਕਰ ਲਓ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਚ ਦੇ ਦੇਵਾਂਗਾ ਚੈੱਕ ਕਰਕੇ ਜ਼ਰੂਰ ਨਾਲ ਅਪਲਾਈ ਕਰ ਲੈਣਾ ਜੀ ਬਾਕੀ ਇਸ ਦੇ ਵਿੱਚ ਜਿਹੜਾ ਤੁਹਾਡਾ ਰਿਟਨ ਟੈਸਟ ਹੋਣਾ ਹੈ ਰਿਟਨ ਟੈਸਟ ਦੇ ਬੇਸਿਸ ਤੇ ਤੁਹਾਡਾ ਹੋਵੇਗਾ ਇਸ ਦੇ ਵਿੱਚ ਤੁਹਾਡਾ ਜਿਹੜਾ ਪੰਜਾਬੀ ਲੈਂਗੁਏਜ ਟੈਸਟ ਹੋਏਗਾ ਇਹ ਕੁਆਲੀਫਾਈਿੰਗ ਨੇਚਰ ਹੈ ਇਸ ਦੇ ਵਿੱਚ ਨੋਲੇਜ ਆਫ ਪੰਜਾਬੀ ਲੈਂਗੁਏਜ ਦੇ 50 ਕੁਐਸਚਨ ਨੇ ਪਾਰਟ 2 ਦੇ ਵਿੱਚ ਤੁਹਾਡੇ ਜਿਹੜੇ ਨੇ ਤੁਹਾਡੇ ਕਨਸਰਨ ਕੋਰਸ ਦੇ ਨਾਲ 70 ਕੁਐਸਚਨ ਹੋਣਗੇ ਜਨਰਲ ਨੋਲੇਜ ਦੇ 10 ਰੀਜ਼ਨਿੰਗ ਦੇ ਤੁਸੀਂ ਅਪਲਾਈ ਕਰਨਾ ਹੋਵੇਗਾ ਇਹ ਮਲਟੀਪਲ ਚੁਆਇਸ ਕੁਸ਼ਚਨ ਜਿਹੜੇ ਤੁਹਾਡੇ ਹੋਣਗੇ ਇਸ ਦੇ ਵਿੱਚ ਨੈਕਸਟ ਅਗਰ ਮੈਂ ਗੱਲ ਕਰਾਂ ਇੱਥੇ ਇਹ ਦੋ ਪਾਰਟ ਦੇ ਵਿੱਚ ਹੋਏਗਾ ਪਾਰਟ 1 ਤੇ ਪਾਰਟ 2 ਤੁਸੀਂ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ 1/4 ਜਿਹੜਾ ਹੈ 네ਗੇਟਿਵ ਮਾਰਕਿੰਗ ਤੁਹਾਡੇ ਇੱਥੇ ਰਹਿਣ ਵਾਲੀ ਹੈ ਕੁਆਲੀਫਾਈਇੰਗ ਕ੍ਰਾਈਟੇਰੀਆ ਦੀ ਗੱਲ ਕਰਾਂ 45% ਜਨਰਲ ਕੈਂਡੀਡੇਟਸ ਨੂੰ ਲੈਣੇ ਪੈਣਗੇ ਤੇ 35 ਜਿਹੜੇ ਰਿਜ਼ਰਵ ਕੈਟਾਗਰੀ ਵਾਲੇ ਕੈਂਡੀਡੇਟ ਰਹਿਣਗੇ ਇਸੇ ਦੇ ਨਾਲ 1746 ਵੈਕੈਂਸੀ ਜਿਹੜੀਆਂ ਨੇ ਜੀ ਉਹ ਆਊਟ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਪੰਜਾਬ ਪੁਲਿਸ ਦੇ ਵਿੱਚ ਆਊਟ ਹੋਈਆਂ ਨੇ ਕਨਸਟੇਬਲ ਦੀ ਸਕਦੇ ਨੇ ਜੀ ਜਿਹਨੇ ਕੈਂਡੀਡੇਟਸ ਨੇ ਪਲੱਸ 2 ਪਾਸ ਆਊਟ ਕੀਤੀ ਹੋਈ ਹੈ ਠੀਕ ਹੈ ਜੀ ਉਹ ਅਪਲਾਈ ਕਰ ਸਕਦੇ ਨੇ 10ਵੀਂ ਜਿਹੜੀ ਪੰਜਾਬੀ ਸਬਜੈਕਟ ਨਾ ਕੀਤੀ ਹੋਣੀ ਚਾਹੀਦੀ ਹੈ ਬਾਕੀ ਐਲੀਜੀਬਿਲਿਟੀ ਕ੍ਰਾਈਟੇਰੀਆ ਬਾਕੀ ਡੀਟੇਲ ਜਿਹੜੀਆਂ ਨੇ ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਤੁਸੀਂ ਚੈੱਕ ਕਰਕੇ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਲੈਣਾ ਜੀ ਬਾਕੀ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਤੁਹਾਡੀ ਇਸੇ ਤਰ੍ਹਾਂ ਸਾਰੇ ਰਿਕਰੂਟਮੈਂਟ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਕੇ ਆਂਦਾ ਹੀ ਰਵਾਂਗਾ ਏਸੀ ਦਾ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁ